ਇੰਟਰਨੈਸ਼ਨਲ ਪੰਜਾਬੀ ਨਿਊਜ਼ ਦੇ ਸਟੂਡੀਓ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਕਾਮਰੇਡ ਬਲਵਿੰਦਰ ਸੰਧੂ ਦੀ ਯਾਦ ਨੂੰ ਸਮਰਪਿਤ ਅੱਜ ਵਿਸ਼ਾਲ ਕਨਵੈਨਸ਼ਨ ਮੋਗਾ ਵਿਖੇ ਕਰਵਾਈ ਗਈ। ਇਸ ਮੌਕੇ ਗੌਰਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਦੇ ਹਜ਼ਾਰਾਂ ਆਗੂਆਂ ਅਤੇ ਕਿਰਤੀਆਂ ਨੇ ਕਾਮਰੇਡ ਬਲਵਿੰਦਰ ਸੰਧੂ ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਦੇਖਦੇ ਹਾਂ ਇੱਕ ਟੀਵੀ ਰਿਪੋਰਟ। ਸਾਥੀ ਬਲਵਿੰਦਰ ਸੰਧੂ ਤੇਰੀ ਸੌ ਇੱਥੇ ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਮੋਗਾ ਅਤੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਕਨਵੈਨਸ਼ਨ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਕੀਤੀ ਗਈ। ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਮਰੇਡ ਸੰਧੂ ਦਾ ਅਚਾਨਕ ਸੜਕ ਹਾਦਸੇ ਵਿੱਚ ਵਿਛੋੜਾ ਸਮੁੱਚੀ ਕਿਰਤ ਜਮਾਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਸੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਰਤੀ ਜਮਾਤ ਲਈ ਮਾੜੀਆਂ ਨੀਤੀਆਂ ਸਦਕਾ ਅੱਜ ਹਰ ਵਰਗ ਸੜਕਾਂ ਉੱਪਰ ਉਤਰਨ ਲਈ ਮਜਬੂਰ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਨਿਤ ਦਿਨ ਵੱਧਦੀਆਂ ਕੀਮਤਾਂ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਨੇ ਮਿਹਨਤਕਸ਼ ਲੋਕਾਂ ਦੇ ਗਲ ਅੰਗੂਠਾ ਦੇ ਕੇ ਸਰਕਾਰੀ ਖਜ਼ਾਨੇ ਦੇ ਮੂੰਹ ਕਾਰਪੋਰੇਟ ਘਰਾਣਿਆਂ ਦੇ ਲਈ ਹੀ ਖੋਲ੍ਹੇ ਹਨ, ਜਿਸ ਨਾਲ ਅਮੀਰੀ ਅਤੇ ਗਰੀਬੀ ਦਾ ਪਾੜਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਿਆ ਹੈ। ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਮੁੱਖ ਸਲਾਹਕਾਰ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਨੇ ਸਾਥੀ ਬਲਵਿੰਦਰ ਸੰਧੂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਸਰਕਾਰਾਂ ਪਬਲਿਕ ਅਦਾਰਿਆਂ ਦਾ ਭੋਗ ਪਾ ਕੇ ਨਿੱਜੀਕਰਨ ਨੂੰ ਬੜਾਵਾ ਦੇ ਰਹੀਆਂ ਨੇ, ਪਰ ਪਬਲਿਕ ਅਦਾਰਿਆਂ ਤੋਂ ਬਿਨਾਂ ਹਰ ਇੱਕ ਨੂੰ ਕੰਮ ਉਸ ਦੀ ਯੋਗਤਾ ਅਨੁਸਾਰ ਅਤੇ ਬਿਹਤਰ ਸੇਵਾਵਾਂ ਹੋਰ ਕੋਈ ਨਿੱਜੀ ਅਦਾਰਾ ਨਹੀਂ ਦੇ ਸਕਦਾ। ਇਸ ਲਈ ਪਬਲਿਕ ਅਦਾਰਿਆਂ ਦੀ ਰਾਖੀ ਦੇ ਲਈ ਅੱਜ ਵੱਡੇ ਸੰਘਰਸ਼ਾਂ ਦੀ ਲੋੜ ਹੈ, ਜੋ ਕਿ ਕਿਰਤੀ ਜਮਾਤ ਦੀ ਏਕਤਾ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਤਰ੍ਹਾਂ ਦਾ ਉਪਰਾਲਾ ਹੀ ਕਾਮਰੇਡ ਬਲਵਿੰਦਰ ਸੰਧੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਐਕਟਿੰਗ ਪ੍ਰਧਾਨ ਗੁਰਦੇਵ ਸਿੰਘ ਨੇ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਸੰਧੂ ਨਾ ਸਿਰਫ ਪੰਜਾਬ ਰੋਡਵੇਜ਼ ਸਗੋਂ ਕਿਰਤੀ ਜਮਾਤ ਦੇ ਆਗੂ ਸਨ। ਉਹਨਾਂ ਵੱਲੋਂ ਕਿਰਤੀ ਜਮਾਤ ਲਈ ਕੀਤੇ ਸੰਘਰਸ਼ਾਂ ਨੂੰ ਯਾਦ ਕਰਦਿਆਂ ਅੱਜ ਨਿੱਘਰ ਰਹੀ ਸਰਕਾਰੀ ਟਰਾਂਸਪੋਰਟ ਦੀ ਹਾਲਤ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਸਮੁੱਚਾ ਕਿਰਤੀ ਜਮਾਤ ਸਮੁੱਚੀ ਕਿਰਤੀ ਜਮਾਤ ਘੋਰ ਸੰਕਟ ਦੇ ਵਿੱਚ ਹੈ, ਖਾਸ ਕਰਕੇ ਟਰਾਂਸਪੋਰਟ ਦੇ ਕੰਮ, ਕਿਉਂਕਿ ਜਿਸ ਤਰ੍ਹਾਂ ਦਾ ਸੰਤਾਪ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ BJP ਦੇ ਸਰਕਾਰ ਵੇਲੇ ਪੰਜਾਬ ਦੇ ਟਰਾਂਸਪੋਰਟ ਕਾਮਿਆਂ ਨੇ ਹਟਾਇਆ, ਪੰਜਾਬ ਦੇ ਟਰਾਂਸਪੋਰਟ ਕਾਮਿਆਂ ਨੂੰ ਆਸ ਸੀ, ਜਿਸ ਤਰ੍ਹਾਂ ਦਾ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਕਿ ਆਉਣ ਵਾਲੀ ਸਰਕਾਰ ਦੇ ਵਿੱਚ ਸ਼ਾਇਦ ਉਹ ਟਰਾਂਸਪੋਰਟ ਦਾ ਕੋਈ ਭਲਾ ਹੋਊ, ਪਰ ਭਲਾ ਕੀ ਹੋਣਾ ਸੀ, ਟਰਾਂਸਪੋਰਟ ਦੀ ਹਾਲਤ ਉਸ ਤੋਂ ਵੀ ਵੱਧ ਤੋਂ ਬਦਤਰ ਹੋ ਗਈ। ਕਾਰਨ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਕਾਲੀ BJP ਦੇ ਲੀਡਰਾਂ ਦੀਆਂ ਬੱਸਾਂ ਸਪੈਸ਼ਲ ਚੱਲਦੀਆਂ ਸੀ, ਔਰ ਅੱਜ ਉਹਦੇ ਨਾਲ ਕਾਂਗਰਸ ਦੇ ਲੀਡਰਾਂ ਦੀਆਂ ਗਿਣਤੀ ਉਦੋਂ ਉਹਨਾਂ ਦੇ ਵਿੱਚ ਗਿਣਤੀ ਹੋਰ ਵਾਧਾ ਹੋ ਗਿਆ, ਉਸ ਤੋਂ ਵੀ ਵੱਧ ਮਿਲਿਆ ਹੈ ਕਿ ਨਜਾਇਜ਼ ਆਪਰੇਸ਼ਨ ਚੱਲਣ ਲੱਗ ਗਈ। ਅਸੀਂ ਆਸ ਕੀਤੀ ਸੀ, ਪਿਛਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਜਿਹੜੀ 1997 ਤੋਂ ਬਾਅਦ ਜਿਹੜੇ 2 ਟਰਾਂਸਪੋਰਟ ਪਾਲਿਸੀਆਂ ਬਣੀਆਂ, ਜਿਹੜੇ ਉਹਨਾਂ ਦੇ ਤਹਿਤ ਪਰਮਿਟ ਬਣੇ ਹੈ, ਉਹਨਾਂ ਨੂੰ ਰੱਦ ਕੀਤਾ ਸੀ। ਪੰਜਾਬ ਦੀ ਸਰਕਾਰ ਹਾਈ ਕੋਰਟ ਦੇ ਵਿੱਚ ਬਕਾਇਦਾ ਐਫੀਡੇਵਿਟ ਦੇ ਕੇ ਆਈ ਕਿ 12,210 ਪਰਮਿਟ ਰੱਦ ਕਰਤੇ, ਪਰ ਅੱਜ ਤੱਕ ਇੱਕ ਵੀ ਪਰਮਿਟ ਪੰਜਾਬ ਦੀ ਸਰਕਾਰ ਨੇ ਰੱਦ ਨਹੀਂ ਕੀਤਾ। ਟਾਈਮ ਟੇਬਲਾਂ ਦੇ ਵਿੱਚ ਪਿਛਲੀ ਸਰਕਾਰ ਵੇਲੇ ਵੀ ਔਰ ਹੁਣ ਦੀ ਸਰਕਾਰ ਵੇਲੇ ਵੀ, ਜਦੋਂ ਪਹਿਲਾਂ ਵੀ ਪ੍ਰਾਈਵੇਟ ਟਰਾਂਸਪੋਰਟਰਾਂ ਕੋਲ 10-10, 12-12 ਮਿੰਟ ਸੀ, ਸਾਡੇ ਪੰਜਾਬ ਰੋਡਵੇਜ਼ ਦੇ ਜਾਂ PRTC ਦੇ ਮੁਲਾਜ਼ਮਾਂ ਸਾਡੇ ਬੱਸਾਂ ਦੇ ਕੋਲ 2-3 ਮਿੰਟ ਸੀ, ਔਰ ਉਹਨਾਂ ਦੇ ਨਾਲ ਵੀ ਜਿਹੜੇ ਉਹਨਾਂ ਦੇ ਗੁੰਡੇ ਦੇ ਤੌਰ ਦੇ ਉੱਤੇ ਜਿਹੜੇ ਮੁਲਾਜ਼ਮ ਭਰਤੀ ਕੀਤੇ ਹੈਗੇ ਕਿ ਬੱਸ ਨਾਲ 7-8 ਮਿੰਟ ਦਿੰਦੇ, ਉਹ ਸਾਡੇ ਮੁਲਾਜ਼ਮਾਂ ਨੂੰ ਉਹ 2-3 ਮਿੰਟ ਵੀ ਲਾਉਣ ਨਹੀਂ ਦਿੰਦੇ ਸੀ। ਅੱਜ ਵੀ ਉਹਨਾਂ ਦੀ ਸਰਕਾਰੀ ਡਿਊਟੀ ਕਿਉਂ ਹੈ, ਟਰਾਂਸਪੋਰਟ ਜਿਹੜੇ ਪ੍ਰਮੁੱਖ ਸਕੱਤਰ ਟਰਾਂਸਪੋਰਟ 2 ਜਨਵਰੀ ਨੂੰ ਉਹਨਾਂ ਨੇ 2 ਜਨਵਰੀ 2018 ਨੂੰ ਲੈਟਰ ਕੱਢਿਆ ਸਾਰੇ RTO ਨੂੰ ਕਿ ਸਾਰਾ ਟਾਈਮ ਟੇਬਲ ਜਿਹੜਾ ਹੈਗਾ ਦੁਬਾਰਾ ਇੱਕ ਸਾਰਤਾ ਦੇ ਲਿਹਾਜ਼ ਨਾਲ ਬਣਾਇਆ ਜਾਵੇ, ਸ਼ਿਫਟਾਂ ਬਣਾਈਆਂ ਜਾਵੇ ਪ੍ਰਾਈਵੇਟ ਅਤੇ ਸਰਕਾਰੀ ਟਰਾਂਸਪੋਰਟ ਦੀਆਂ। ਅੱਜ ਤੱਕ ਉਹ ਜਿਹੜੀ ਚਿੱਠੀ ਆ ਪਤਾ ਨਹੀਂ ਕਿੱਥੇ ਰਹਿ ਗਈ ਹੈ, ਅੱਜ ਤੱਕ ਕੋਈ ਵੀ ਜਿਹੜੀ ਉਹ ਜਿਹੜਾ ਟਾਈਮ ਟੇਬਲ ਆ ਨਵਾਂ ਨਹੀਂ ਬਣਿਆ। ਉਸੇ ਤਰ੍ਹਾਂ ਹੀ ਜੋ ਸਰਕਾਰੀ ਪਹਿਲਾਂ ਪ੍ਰਾਈਵੇਟ ਟਰਾਂਸਪੋਰਟਾਂ ਦੀ ਉਸੇ ਤਰ੍ਹਾਂ ਹੁਣ ਚੱਲ ਰਹੀ ਹੈ। ਭ੍ਰਿਸ਼ਟਾਚਾਰ ਅਫਸਰ ਜਿਹਨਾਂ ਦੀ ਪਹਿਲਾਂ ਵੀ ਚਾਂਦੀ ਸੀ ਉਹਨਾਂ ਦੀ ਹੁਣ ਵੀ ਚਾਂਦੀ ਹੈ। ਸਾਡੇ ਕੱਚੇ ਕੰਮ ਹੈ, ਪਿਛਲੇ ਲੰਬੇ ਸਮੇਂ ਤੋਂ ਲੜ ਰਹੇ ਹੈ, ਐਕਸ਼ਨ ਕਮੇਟੀ ਦੇ ਝੰਡੇ ਥੱਲੇ ਵੀ ਆਪਣੇ ਤੌਰ 'ਤੇ ਵੀ ਲੜ ਰਹੇ ਹਾਂ। ਆਹ ਪਿਛਲੇ ਦਿਨ 25 ਤਰੀਕ ਨੂੰ, 25 ਜੂਨ ਨੂੰ ਹੀ ਅਜੇ ਹੁਣ ਸਟ੍ਰਾਈਕ ਕਰਕੇ ਆਏ ਹਾਂ, ਔਰ ਉਹਦੇ ਮਾਮਲੇ ਦੇ ਵਿੱਚ ਜੋ ਟਰਾਂਸਪੋਰਟ ਮੰਤਰੀ ਨੇ ਬਿਆਨ ਦਿੱਤਾ ਹੈ ਉਹਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ। ਟਰਾਂਸਪੋਰਟ ਮੰਤਰੀ ਦਾ ਇਹ ਕਹਿਣਾ ਕਿ ਇਹ ਤਾਂ ਸਾਡੇ ਕੁਛ ਲੱਗਦੇ ਹੀ ਨਹੀਂ, ਇਹ ਤਾਂ ਇੱਕ ਪ੍ਰਾਈਵੇਟ ਠੇਕੇਦਾਰ ਦੇ ਮੁਲਾਜ਼ਮ ਹੈ,
ਜਦੋਂ ਕਿ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ ਹੈ ਕਿ 1400 ਮੁਲਾਜ਼ਮ ਜਿਹੜਾ ਡਰਾਈਵਰ ਔਰ ਕੰਡਕਟਰ ਹੈ ਉਹਨਾਂ ਦਾ ਸਿੱਧਾ ਕੰਟੈਕਟ ਸਰਕਾਰ ਨੇ ਕੀਤਾ ਗਿਆ। ਉਹਨਾਂ ਦਾ ਜਿਹੜਾ ਪ੍ਰਿੰਸੀਪਲ ਇੰਪਲਾਇਰ ਹੈ ਉਹ ਸਾਡਾ ਡਾਇਰੈਕਟਰ ਸਟੇਟ ਟਰਾਂਸਪੋਰਟ ਹੈ, ਭਾਵੇਂ ਉਹਨਾਂ ਨੇ ਥੱਲੇ ਮੁਕਾਬਲਾ ਡੈਲੀਗੇਟ ਕੀਤੀਆਂ, ਪਰ ਟਰਾਂਸਪੋਰਟ ਮੰਤਰੀ ਦਾ ਇਹ ਕਹਿਣਾ ਕਿ ਜਿਹੜਾ ਪ੍ਰਿੰਸੀਪਲ ਇੰਪਲਾਇਰ ਹੈ ਉਹ ਤਾਂ ਪ੍ਰਾਈਵੇਟ ਹੈ, ਇਸ ਕਰਕੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਮੁਲਾਜ਼ਮ ਹੈ ਉਹਨਾਂ ਨੂੰ ਇਹਨਾਂ ਦੀ ਦੁੱਖ ਦੀ ਅਲੱਗ 'ਤੇ ਹੱਥ ਨਹੀਂ ਰੱਖਣਾ ਚਾਹੀਦਾ, ਉਹਨਾਂ ਨੂੰ ਇਹਦੇ ਹੱਕੀ ਮੰਗਾਂ ਅਤੇ ਜਾਇਜ਼ ਮੰਗਾਂ ਮੰਨਣੀਆਂ ਚਾਹੀਦੀਆਂ। ਸਾਡੇ ਵਿੱਚ 1997 ਤੋਂ ਬਾਅਦ ਪੰਜਾਬ ਦੀ ਸਰਕਾਰ ਨੇ ਬਜਟ ਦੇ ਵਿੱਚ ਉਹ ਇੱਕ ਪੈਸਾ ਵੀ ਰੱਖ ਕੇ ਕਿਤੇ ਨਵੀਂ ਬੱਸ ਨਹੀਂ ਪਾਈ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਆਪਣੇ ਬਜਟ ਦੇ ਵਿੱਚੋਂ ਪੈਸੇ ਰੱਖ ਕੇ ਪੰਜਾਬ ਰੋਡਵੇਜ਼ ਦੇ ਬੱਸ ਵਿੱਚ ਬੱਸ ਪਾਵੇ, ਔਰ ਜਿਨ੍ਹਾਂ ਕਰਮਚਾਰੀਆਂ ਦਾ ਆਊਟਸੋਰਸ ਠੇਕੇ ਵਾਲੇ ਮੁਲਾਜ਼ਮਾਂ ਦਾ ਵਧੀਆ ਰਿਕਾਰਡ ਹੈ ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਰੋਡਵੇਜ਼ ਦੇ ਵਿੱਚ ਵਰਤ ਕਰੇ, ਇਹਨਾਂ ਨੂੰ ਜਿਹੜੀ ਤਨਖਾਹ ਇਹਨਾਂ ਦੀ ਤਨਖਾਹ ਦੇ ਵਿੱਚ ਬੜੋਤਰੀ ਕਰੇ ਤਾਂ ਕਿ ਇਹ ਵੀ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ। ਅੱਜ ਦੇ ਸਮਾਗਮ ਨੂੰ ਮੁੱਖ ਤੌਰ 'ਤੇ ਕਾਮਰੇਡ ਚਰਨ ਸਿੰਘ ਸਰਾਭਾ, ਮੁੱਖ ਸਲਾਹਕਾਰ PSSF, ਕਾਮਰੇਡ ਕੁਲਦੀਪ ਸਿੰਘ ਭੋਲਾ, ਸਕੱਤਰ CPI ਜ਼ਿਲ੍ਹਾ ਮੋਗਾ, ਕਾਮਰੇਡ ਸੁਖਜਿੰਦਰ ਮਹੇਸ਼ਰੀ, ਗੁਰਮੇਲ ਸਿੰਘ ਮੈਡਲੇ, ਨਰਿੰਦਰ ਸੋਹਲ, ਜਗਸੀਰ ਸਿੰਘ ਖੋਸਾ, ਭੁਪਿੰਦਰ ਸੇਖੋਂ, ਗੁਰਮੇਲ ਸਿੰਘ ਨਾਰ, ਹਰੀ ਬਹਾਦਰ ਬਿੱਟੂ ਅਤੇ ਜਰਨੈਲ ਸਿੰਘ, ਗੁਰਚਰਨ ਕੌਰ, ਬਜਿੱਤਰ ਸਿੰਘ ਤੋਥੜ, ਸੁਰਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਬਰਸੀ ਸਮਾਗਮ ਵਿੱਚ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੀ ਲੀਡਰਸ਼ਿਪ, ਵਰਕਰ ਅਤੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਸ਼ਾਮਲ ਹੋਏ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਨੇ ਕਾਮਰੇਡ ਵਿੱਕੀ ਮਹੇਸਰੀ ਦੀ ਅਗਵਾਈ ਹੇਠ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਇਸ ਮੌਕੇ ਇੰਦਰਜੀਤ ਪਿੰਡਰ, ਭੋਲਾ ਬਰਾੜ, ਗੁਰਜੰਟ ਕੋਕਰੀ ਅਤੇ ਚਮਕੌਰ ਡਗਰੂ ਆਦਿ ਨੇ ਪਹੁੰਚੇ ਵਰਕਰਾਂ ਅਤੇ ਕਿਰਤੀਆਂ ਦਾ ਧੰਨਵਾਦ ਕੀਤਾ।